ਨੋ ਕਹਿਣ ਤੋਂ ਭਾਵ ਇਹ ਅੱਜ ਦੇ ਸਮੇਂ ਵਿੱਚ ਜਿਹੜੇ ਬਜ਼ੁਰਗ ਨੇ ਸਾਡੇ ਜਿਹਨੂੰ ਪਿੱਤਰ ਕਹਿੰਦੇ ਆਪਾਂ, ਇੱਕ ਬੰਦਾ ਕਹਿੰਦਾ ਬਾਣੀ ਤਾਂ ਪਿੱਤਰਾਂ ਨੂੰ ਮੰਨਦੀ ਨਹੀਂ, ਖੰਡਨ ਕਰਦੀ ਹੈ। ਮੈਂ ਕਿਹਾ ਸਾਰੀ ਬਾਣੀ ਪੜ੍ਹੀ ਕਿ ਜੇ ਇੱਕ ਸ਼ਬਦ ਹੀ ਪੜ੍ਹਿਆ? ਪਿੱਤਰਾਂ ਦੇ ਪ੍ਰਤੀ ਕਬੀਰ ਜੀ ਨੇ ਵੀ ਕਿਹਾ ਵੀ ਉਹ ਕਊਆ ਕੁੱਕਰ ਕਾਈ ਵੀ ਇਹ ਖਾਂਦੇ ਨਹੀਂ, ਠੀਕ ਆ, ਉਹ ਅਲੱਗ ਕਿਸਮ ਹੈ ਇੱਕ। ਦੁਨੀ ਚੰਦ ਨੂੰ ਵੀ ਮਹਾਰਾਜ ਨੇ ਕਿਹਾ ਸੀ ਪਿੱਤਰਾਂ ਨੇ ਨਹੀਂ ਖਾਧਾ, ਤੇਰੇ ਪਿਓ ਨੇ ਵੀ ਨਹੀਂ ਖਾਧਾ, ਤਾਂ ਭੁੱਖਾ ਬੈਠਾ ਬਘਿਆੜ ਬਣਿਆ ਜਾ, ਕੀਰ ਖਵਾ ਕੇ ਆਉਣਾ। ਤੀਜਾ ਪਿੱਤਰਾਂ ਬਾਰੇ ਆਸਾ ਦੀ ਵਾਰ 'ਚ ਜ਼ਿਕਰ ਆਉਂਦਾ, ਵੱਢੀਆ ਹੱਥ ਦਲਾਲ ਕੇ ਮੁਸਫੀਏ ਕੁਰਦਾਨ ਕੱਗੇ ਸੋ ਮਿਲਿਆ ਜੇ ਖੱਟੇ ਕਾਲੇ ਦੇ, ਪਿੱਤਰੀ ਚੋਰ ਕਰੇ ਪਿੱਤਰ ਅੱਖਰ ਆਉਂਦਾ। ਕਹਿੰਦੇ ਗੁਰਮਤ ਵਿੱਚ ਪਿੱਤਰ ਨਹੀਂ ਹੈਗੇ। ਮੈਂ ਕਿਹਾ ਹੈ ਤਾਂ ਸਹੀ ਆ, ਹੁਣ ਤੁਸੀਂ ਸਾਰਾ ਪਾਠ ਕਰੋ, ਹੌਲੀ ਹੌਲੀ ਕਰੋ। ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਜਿਸ ਸਿਮਤ ਸਭ ਕਿਲ ਵਿਖ ਨਸ ਹੈ, ਪਿੱਤਰੀ ਹੋਏ ਉਧਾਰੋ। ਮਹਾਰਾਜ ਕਹਿੰਦੇ ਪਿੱਤਰਾਂ ਦਾ ਉਧਾਰ ਤੁਹਾਡੇ ਨਾਲ ਹੁੰਦਾ। ਪੁੱਤਰ ਦਾ ਅਰਥ ਕੀ ਹੁੰਦਾ? ਪੁੱਤਰ ਦਾ ਅਰਥ ਇਹ ਉਤਪਤੀ ਵਿਉਤਪਤੀ ਅੱਖਰ ਦੀ ਕਿੱਥੋਂ ਲੈਂਦੇ ਹਾਂ ਆਪਾਂ? ਪੁੱਤਰ ਪੂ ਤੇ ਤਰ, ਇੱਕ ਪੂ ਨਾਮ ਨਰਕ ਹੈ, ਨਾਨਕ ਕੋੜੀ ਨਰਕ ਬਰਾਬਰ। ਨਰਕ ਤਾਂ ਬਹੁਤ ਨੇ, ਬਹੁਤ 18 ਪ੍ਰਕਾਰ ਦੇ ਗੰਦੇ ਨਰਕ ਨੇ। ਕੁੰਭੀ ਨਰਕ ਹੈ, ਪੂ ਨਾਮੇ ਨਰਕ ਹੈ, ਜਿੱਥੇ ਬੰਦੇ ਦੀ ਪਾਕ ਹੀ ਉੱਬਲਦੀ ਹੈ, ਮਿੱਝ ਪਾਕ ਵਿੱਚ ਉਬਾਲਿਆ ਜਾਂਦਾ ਜੀਵ ਨੂੰ। ਕਹਿੰਦੇ ਜਿਹੜਾ ਪੁੱਤਰ ਹੁੰਦਾ ਉਹ ਪਿਤਾ ਦੇ ਜਾਣ ਤੋਂ ਬਾਅਦ ਮਰਿਆਦਾ ਦੇ ਨਾਲ ਕੋਈ ਕਿ ਆਪਣੇ ਆਪਣੇ ਧਰਮ ਦੇ ਮੁਤਾਬਕ ਕਿਰਿਆ ਕਰਾਉਂਦਾ ਅਤੇ ਪਿਤਾ ਦੀ ਕਲਿਆਣ ਕਰਾਉਂਦਾ। ਪੂ ਨਾਮੇ ਨਰਕ ਤੋਂ ਜਾਣ ਤੋਂ ਮੁਕਤੀ ਦਵਾ ਦੇਵੇ ਜਿਹੜਾ, ਉਹਨੂੰ ਕਹਿੰਦੇ ਪੂ ਤਰ। ਉੱਥੋਂ ਅੱਖਰ ਬਣਿਆ ਪੁੱਤਰ, ਇਹ ਪੁੱਤਰ ਹੈ। ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮ ਕਹੋ, ਹਰ ਹਰ ਸਦਾ ਭਜੋ ਜਗਦੀਸ਼। ਇਸ ਕਰਕੇ ਅੱਜ ਤੋਂ 50 ਸਾਲ ਪਹਿਲਾਂ ਜਿਹੜੇ ਪਾਠ ਹੁੰਦੇ ਸੀ, ਡਰ ਭੈ ਸਹਿਤ ਮਰਿਆਦਾ ਦੇ ਨਾਲ, ਉਹ ਹੁਣ ਨਹੀਂ ਹੁੰਦੇ। ਹੁਣ ਤਾਂ ਸਾਰੇ ਪਾਸੇ ਚੱਲਵਾਂ ਕੰਮ ਹੈ। ਮੈਂ ਟਕਸਾਲ 'ਚ ਵੀ ਰਿਹਾ 10 ਸਾਲ, ਮੈਂ ਵੀ ਰੌਣਾ ਲਾਈਆਂ, ਸਭ ਕੁਝ ਦੇਖਿਆ, ਅਸੀਂ ਵੀ ਮਰਿਆਦਾ ਰੱਖੀ। 25 ਸਾਲ ਮੈਂ ਸ਼੍ਰੋਮਣੀ ਕਮੇਟੀ 'ਚ ਵੀ ਨੌਕਰੀ ਕੀਤੀ ਆ, ਮੈਂ ਉੱਥੇ ਦਾ ਵੀ ਸਾਰੇ ਹਾਲਾਤ ਦੇਖੇ ਨੇ। ਬੜਾ ਦੁੱਖ ਵੀ ਹੁੰਦਾ ਸੀ ਵੀ ਇਹ ਮਰਿਆਦਾ ਨਹੀਂ ਰੱਖਦੇ, ਇਹ ਨਹੀਂ ਕਰਦੇ, ਫਿਰ ਕੀ ਕਹਿ ਸਕਦੇ ਸੀ। ਹੁਣ ਪ੍ਰੋਬਲਮ ਕਿੱਥੇ ਆਈ ਹੈ? ਪ੍ਰੋਬਲਮ ਇਹ ਆ ਗਈ ਵੀ ਜਿੰਨੇ ਵੀ ਆਪਾਂ ਪਾਠ ਕਰਾਉਂਦੇ ਹਾਂ ਉਹਨਾਂ ਪਾਠਾਂ ਦੇ ਨਾਲ ਅਰਦਾਸ ਵੀ ਕੀਤੀ ਆ, ਇੱਕ ਤਾਂ ਪਾਠਾਂ ਦੇ ਵਿੱਚ ਹੀ ਗਲਤੀ ਬਹੁਤ ਹੈ, ਸ਼ੁੱਧ ਨਹੀਂ ਕੀਤਾ ਪਾਠ। ਇੱਕ ਸਰੀਰ ਹੀ ਨਹੀਂ ਸ਼ੁੱਧ ਹੈ, ਇੱਕ ਦੇਗ ਹੀ ਨਹੀਂ ਮਰਿਆਦਾ ਨਾਲ ਬਣੀ ਹੈ। ਇੱਕ ਜਿਹੜੀਆਂ ਧੂਫਾਂ ਜੀਆਂ ਹੁੰਦੀਆਂ, ਡੱਕੇ ਜੇ ਖੜ੍ਹੇ ਕਰਦੇ ਆਪਾਂ, ਪਹਿਲਾਂ ਹੁੰਦੀ ਸੀ ਧੂਫ ਬਣਾਉਣੀ, ਦੇਸੀ ਘਿਓ ਵਿੱਚ ਪਾਉਣਾ, ਉਹਦੇ ਕੋਲ ਬਹਿ ਕੇ 5-10 ਚੰਡੀ ਦੀ ਵਾਰ ਦੇ ਪਾਠ, ਬ੍ਰਹਮ ਕਵਚ ਦੇ ਪਾਠ, ਵਿਚਿੱਤਰ ਨਾਟਕ ਦੇ ਪਾਠ ਕਰਨੇ, ਫਿਰ ਉਹ ਧੂਫ ਕਾਇਮ ਹੁੰਦੀ ਆ, ਉਹਦੀ ਸੁੱਚਮ ਠੀਕ ਕਰਨੀ। ਅਸੀਂ ਤਿਆਰ ਕਰਦੇ ਹਾਂ ਤੇ ਸਿੰਘ ਹੈਗੇ ਨੇ ਆਪਣੇ ਵੀ ਉਹ ਕਰਦੇ, ਜਦੋਂ 15-20 ਕਿਲੋ ਇੱਕ ਮਹਾਂਪੁਰਖ ਨੇ ਉਹ ਕਈ ਕੁਇੰਟਲ ਧੂਫ ਤਿਆਰ ਕਰਦੇ ਨੇ, ਉਹ ਸਾਰੀ ਧੂਫ ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ ਨੂੰ ਭੇਜਦੇ ਆ, ਪਟਿਆਲੇ ਵਾਲੇ ਪਾਸੇ। ਉਹ ਸਾਰੇ ਜਦੋਂ ਸਿੰਘ ਤਿਆਰ ਕਰਦੇ ਨੇ, ਸਾਰਿਆਂ ਨੂੰ ਕਿਹਾ ਚੌਪੀ ਸਾਹਿਬ, ਜਪਜੀ ਸਾਹਿਬ, ਜੋ ਜੋ ਬਾਣੀ ਆਉਂਦੀ ਹੈ ਨਾਲ ਪੜ੍ਹਨੀ ਹੈ। ਫਿਰ ਉਹ ਧੂਫ ਤਿਆਰ ਹੁੰਦੀ, ਫਿਰ ਉਹ ਕੋਲਿਆਂ 'ਤੇ ਪੈਂਦੀ ਹੈ, ਫਿਰ ਉਹ ਚਾਰੇ ਪਾਸੇ ਉਹ ਬਹੁਤ ਅੱਛੀ ਸੁਗੰਧ ਜਾਂਦੀ ਹੈ ਉਹਦੀ। ਕੇਸੀ ਇਸ਼ਨਾਨ ਪਾਠੀ ਕਰੋ, ਬਸਤਰ ਸਾਰੇ ਧੋ ਕੇ, ਜੇ ਮੇਰੇ ਨਾਲ ਤੁਹਾਡੇ 'ਚ ਇੱਕ ਹਫ਼ਤਾ ਰਹੂਗਾ ਤਾਂ ਕਾਫ਼ੀ ਕੁਛ ਸਿੱਖ ਜੂਗਾ। ਦੇਖਣ ਨੂੰ ਤਾਂ ਆਪਾਂ ਇੱਕੋ ਜਿਹੀ ਲੱਗਦੇ ਹਾਂ ਸਾਰੇ, ਮੇਰੀ ਘੜੀ ਵਿੱਚ ਅਤੇ ਤੁਹਾਡੀ ਘੜੀ ਵਿੱਚ ਕਿੰਨਾ ਹੀ ਫਰਕ ਹੈ। ਅਸੀਂ ਜਦ ਮੈਦਾਨ ਜਾਣਾ ਘੜੀ ਲਾ ਕੇ ਜਾਣਾ, ਘੜੇ ਨੂੰ ਮਾਂਜਣਾ ਬਾਅਦ 'ਚ 2-3 ਵਾਰੀ। ਤੁਸੀਂ ਲੈਟਰਨ ਜਿਹੜੇ ਪਾਠੀ ਵੀ ਜਾਂਦੇ ਹੋਰ ਵੀ ਹੈ, ਘੜੀ ਲੱਗੀ ਲਗਾਈ ਲੈਟਰਨ ਗਏ, ਲੈਟਰਨ ਵਾਲੇ ਸਾਰੇ ਛਿੱਟੇ ਅਤੇ ਪਵਾ ਲਏ, ਕੜਾ ਮਾਂਜਿਆ ਹੀ ਨਹੀਂ ਹੈ, ਕੇਸੀ ਨਹਾਤਾ ਹੀ ਨਹੀਂ ਹੈ, ਉਹੀ ਕੱਪੜੇ ਲੈ ਕੇ ਤੁਰੇ ਫਿਰਦੇ ਆਪ। ਹੁਣ ਇੱਥੇ ਇਹ ਚੀਜ਼ ਦੀ ਲੋੜ ਕਿਉਂ ਪਈ? ਅੱਗੇ ਅੱਗੇ ਜਿੰਨੇ ਵੀ ਪਾਠ ਹੁੰਦੇ ਨੇ, ਤੁਸੀਂ ਹੁਣ ਕਹੋਗੇ ਪਾਠ ਨਾਲ ਨਹੀਂ ਤਰੇ, ਨਹੀਂ ਪਾਠ ਨਾਲ ਤਾਂ ਤਰਦਾ, ਪਰ ਪਾਠ ਸਹੀ ਢੰਗ ਨਾਲ ਨਹੀਂ ਹੋਇਆ। ਜਿਵੇਂ ਭਾਈ ਸਾਹਿਬ ਦੀ ਸਾਖੀ ਆਉਂਦੀ, ਬਾਬਾ ਮਿਤ ਸਿੰਘ ਵੇਲੇ ਦੀ ਸਾਖੀ ਆਉਂਦੀ ਹੈ,
ਹੁਣ ਜਿੰਨੇ ਵੀ ਬਜ਼ੁਰਗ ਚੜ੍ਹਾਈ ਕਰਦੇ ਜਾਂ ਨੌਜਵਾਨ ਬਹੁਤ ਐਕਸੀਡੈਂਟਾਂ 'ਚ ਮਰਦੇ ਆ, ਆਹ ਕਿਸਾਨ ਹੀ ਫਾਹਾ ਲੈ ਕੇ ਮਰ ਜਾਂਦੇ, ਕਈ ਜ਼ਹਿਰ ਪੀ ਕੇ ਮਰਦੇ ਆ, ਕਹਿੰਦੇ ਨਸ਼ੇ ਦੀ ਓਵਰਡੋਜ਼ ਖਾ ਕੇ ਮਰ ਗਿਆ, ਇਹ ਇਨ ਟਾਈਮ ਤੋਂ ਪਹਿਲਾਂ ਮਰ ਗਿਆ, ਉਹ ਆਹ ਤੁਰੇ ਫਿਰਦੇ। ਮਰਨ ਤੋਂ ਬਾਅਦ ਅਹਿਸਾਸ ਹੁੰਦਾ ਓਹੋ ਮਨਾ ਸਰੀਰ ਹੀ ਛੱਡਤਾ, ਆਪਾਂ ਤਾਂ ਸਰੀਰ ਨਾਲ ਹੀ ਕਰਮ ਕਰਨਾ ਸੀ ਮੈਂ ਤਾਂ, ਹੁਣ ਸਰੀਰ ਛੱਡੇ ਤੋਂ ਬਾਅਦ ਕਰਮ ਨਹੀਂ ਹੁੰਦਾ। ਕਰਮ ਭੂਮ ਹੈ ਬੋਵੋ ਨਾਮ, ਕੁਛ ਤਾਂ ਸਾਰੇ ਪਹਿਲਾਂ ਹੀ ਚਾਹੁੰਦੇ ਨੇ ਅਸੀਂ ਪਾਠ ਨਾ ਕਰੀਏ, ਸਵੇਰੇ ਨਾ ਉੱਠੀਏ, ਅਸੀਂ ਨਸ਼ੇ ਕਰਨ ਲੱਗ ਜਾਈਏ, ਲੋਕ ਚਾਹੁੰਦੇ ਨੇ ਅਸੀਂ ਆਹ ਖਾ ਲਈਏ, ਉਹ ਪੀ ਲਈਏ, ਐਂ ਕਰ ਲਈਏ, ਅਸੀਂ ਰੋਕਦੇ ਹਾਂ, ਨਹੀਂ ਨਹੀਂ ਅਸੀਂ ਰੋਕ ਰੋਕ ਕੇ ਰੱਖਦੇ ਹਾਂ, ਨਾ ਗਲਤੀ ਨਹੀਂ ਕਰਨੀ। ਪਰ ਇੱਕ ਉਹ ਨੇ ਜਿਹੜੇ ਮਗਰ ਲੱਗੇ ਹੋਏ ਨੇ, ਖਾਓ ਪੀਓ ਮੌਜ ਕਰੋ ਆਹ ਕਰੋ, ਇਹ ਮਰਿਆਦਾ ਹੀ ਨਹੀਂ, ਨਿਤਨੇਮ ਦੀ ਲੋੜ ਨਹੀਂ, ਅੰਮ੍ਰਿਤ ਵੇਲੇ ਕੀ ਉੱਠਣਾ, ਉਹ ਉਹਨਾਂ ਦੇ ਝਾਂਸੇ 'ਚ ਆ ਗਏ ਸਾਰੇ ਜਾਣੇ ਜਿਹੜੇ। ਤਾਂ ਹੁਣ ਤੁਸੀਂ ਨਵੇਂ ਜਿਹੜੇ ਕਾਲੀਆਂ ਦਾੜੀਆਂ ਵਾਲੇ, ਤੁਹਾਨੂੰ ਬਾਹਲਾ ਨਹੀਂ ਪਤਾ, ਜਦ ਅਸੀਂ ਇਹ ਸੰਘਰਸ਼ ਚੱਲਿਆ ਸੀ 78 ਵੇਲੇ, ਅਸੀਂ ਉਦੋਂ ਪਹਿਲਾਂ ਦੇ, ਮੈਂ 74 ਵਿੱਚ ਆ ਸਾਡਾ ਖਾਫੀ ਕਾਦੀਆਂ ਦੇ ਵਿੱਚ ਸੰਤ ਕਰਤਾਰ ਸਿੰਘ ਵਾਲੇ ਨਿਰੰਕਾਰੀਆਂ ਨਾਲ ਕਾਫੀ ਯੁੱਧ ਖੜਕਿਆ ਸੀ ਉੱਥੇ। ਗੱਲ ਕੀ ਸੀ, ਉਹਨਾਂ ਇੱਕ ਕਿਤਾਬ ਛਾਪੀ ਸੀ, ਉਹਦੇ 'ਚ ਲਿਖਿਆ ਸੀ ਸੁਖਮਨੀ ਵੀ ਪੜ੍ਹਿਆ ਮੈਂ, ਜਪਜੀ ਵੀ ਪੜ੍ਹਿਆ ਮੈਂ, ਮਨ ਨੂੰ ਸ਼ਾਂਤੀ ਨਾ ਆਈ ਜਦ ਮੈਂ ਚਰਨੀ ਲੱਗਿਆ ਗੁਰੂ ਦੇ ਤਾਂ ਮਨ ਨੂੰ ਸ਼ਾਂਤੀ ਆ, ਉਹ ਬਹੁਤ ਕੁਛ ਇੱਦਾਂ ਦਾ ਲਿਖਿਆ ਸੀ ਵੀ ਬਾਣੀ ਦਾ ਵਿਰੋਧ ਹੀ ਕੀਤਾ ਹੋਇਆ ਸੀ ਉਹਦੇ ਵਿੱਚ। ਉਹ ਲੋਕ ਆਪਾਂ ਤਾਂ ਪਹਿਲਾਂ ਹੀ ਚਾਹੁੰਦੇ ਹਾਂ, ਜਿਵੇਂ ਆਪਾਂ ਸਵੇਰੇ ਉੱਠਣ ਲੱਗੀ ਅੰਮ੍ਰਿਤ ਵੇਲੇ ਅਤੇ ਕੋਈ ਆ ਕੇ ਕੋਲ ਖੜ ਕੇ ਕਹੇ ਲੈ ਸਾਰੀ ਦੁਨੀਆ ਤਾਂ ਆਰਾਮ ਨਾਲ ਪਈ ਹੈ, ਤੂੰ ਐਵੇਂ ਉੱਠ ਕੇ ਤੁਰਿਆ ਫਿਰਦਾ, ਪਾਠ 5 ਬਾਣੀਆਂ ਨੇ, ਅੱਧੇ ਘੰਟੇ ਵੀ ਨਹੀਂ, 6 ਵਜੇ ਉੱਠ ਜੀ, ਇਹਦਾ ਕੀ ਆ 7 ਵਜੇ ਉੱਠ ਕੇ, ਤੁਸੀਂ ਉੱਥੇ ਹੀ ਡਿੱਗ ਪੈਣਾ ਮੰਜੇ 'ਤੇ, ਲੈ ਵੀ ਇੱਕ ਜਣੇ ਨੇ ਥਾਪੜਾ ਦੇ ਤਾ ਮੈਨੂੰ। ਹੁਣ ਅੱਜ ਦੇ ਸਮੇਂ ਦੇ ਵਿੱਚ ਜਿੰਨੇ ਵੀ ਅਖੰਡ ਪਾਠ ਕਹਿ ਲਓ ਜਾਂ ਸਹਿਜ ਪਾਠ ਪਾਠੀ ਕਰਦੇ ਨੇ, ਮੈਂ ਸਭ ਜਾਣਦਾ ਵੀ ਇਹ ਕਿੱਦਾਂ ਕਰਦੇ ਨੇ, ਸੌਈ ਜਾਂਦੇ ਨੇ ਰਾਤ ਨੂੰ, ਅਸੀਂ ਜਾਂ ਮੈਂ ਹੈੱਡ ਗ੍ਰੰਥੀ ਹੁੰਦਾ ਰਾਤ ਨੂੰ ਮੈਨੇਜਰ ਨੇ ਉਹ ਕੰਬਲ ਲਪੇਟ ਕੇ ਦੁਆਲੇ ਸਾਰੇ ਕਮਰਿਆਂ ਦੀ ਚੈਕਿੰਗ ਕਰਨੀ, ਇੱਥੇ ਪਾਠ ਹੁੰਦੇ ਸੀ, ਇੱਕ ਪਾਠੀ ਮੇਰੇ ਸਾਹਮਣੇ ਮੂੰਹ 'ਚ ਉਂਗਲ ਪਾ ਕੇ ਅੰਦਰੋਂ ਸਾਫ਼ ਕਰੇ ਦਾ ਜਾੜਾਂ ਨੂੰ, ਮੈਂ ਕਿਹਾ ਇਹ ਕਿਉਂ ਕਰਦਾ, ਕਹਿੰਦੇ ਰਾਤ ਮੀਟ ਖਾਧਾ ਸੀ ਉਹ ਫਸਿਆ ਹੋਣਾ ਜਾੜਾਂ, ਬੁੜਾ ਹੈਗਾ ਇਹ, ਫਿਰ ਉਹ ਹੱਥ ਉੱਤ ਸਾਫ਼ ਕਰਕੇ ਫਿਰ ਪੱਤਰਾ ਪੜ, ਹੁਣ ਉਹ ਪਾੜ ਲੱਗੂਗਾ, ਇੱਥੇ ਤਾਂ ਇੱਕ ਤੁਪਕਾ ਲੱਗ ਗਿਆ ਤਾਂ ਨਹੀਂ ਬੰਦਾ ਤਰਿਆ ਹੈਗਾ, ਬਸ ਇਹ ਇੱਕ ਕੀ ਹੋ ਗਿਆ ਬਿਜਨਸ ਵਪਾਰ ਹੋ ਗਿਆ, ਜੋ ਜਾਂਦਾ ਮੈਂ ਕਥਨੀ ਕਰਤਾ ਵਪਾਰੀ ਬੱਸ ਦਾ ਜਿਉਂ ਫਿਰਤਾ, ਇਹ ਤਾਂ ਬਿਜਨਸ ਹੋ ਗਿਆ ਬਈ, ਇੰਨੇ ਪਾਠ ਕਰਾ ਲਓ, ਇੰਨੇ ਪਾਠ ਕਰ ਦਿਓ, ਇੰਨੇ ਇਹ ਪਾਠ ਹੋ ਗਏ, ਭੇਟਾ ਚੜ੍ਹ ਗਈ, ਸਭ ਕੁਛ ਹੋ ਗਿਆ, ਜਿਹਨੇ ਤਰਨਾ ਸੀ ਉਹ ਤਾਂ ਉਰੇ ਤੁਰਦਾ ਫਿਰਦਾ ਵਾ। ਫਿਰ ਕਹਿੰਦੇ ਬਾਪੂ ਦੇਖਦਾ, ਬੇਬੇ ਦੇਖਦੀ ਆ, ਸਾਰੇ ਤੁਰੇ ਫਿਰਦੇ ਦੇਖਦੇ, ਇਹ ਤਾਂ 100-100 ਜਾਣਾ ਹੁਣ ਇੱਕ ਇੱਕ ਘਰ 'ਚ ਫਿਰਦਾ, ਮੈਂ ਸੱਚ ਕਹਿਣਾ 99 ਘਰਾਂ ਦੇ ਵਿੱਚ ਬਜ਼ੁਰਗ ਇੱਥੇ ਹੀ ਫਿਰਦੇ, ਤੁਸੀਂ ਕੋਈ ਮਰਿਆਦਾ ਨਹੀਂ ਕੀਤੀ, ਤੁਸੀਂ ਪੈਸੇ ਬਚਾਉਣ ਦਾ ਯਤਨ ਕੀਤਾ ਵੀ ਜੇ ਟਕਸਾਲ ਦੇ ਪਾਠੀ ਸੱਦੇ ਤਾਂ ਇਹ ਖਰਚਾ ਬਹੁਤ ਹੋਊਗਾ, ਆ ਇੱਥੇ ਹੈਗੇ ਨੇ ਆਪਣਾ ਇੱਕ ਗਰੁੱਪ ਜਿਹਾ ਇੱਕ, ਇਹ ਥੋੜ੍ਹੇ ਜਿਹੇ ਪੈਸੇ ਲੈ ਕੇ ਪਾਠ ਕਰਨਗੇ, ਲੋਕਾਚਾਰੀ ਹੋਜੂ, ਲੋਕ ਕਹਿਣਗੇ ਵੀ ਪਾਠ ਕਰਤਾ ਤਾਂ ਤਰ ਗਿਆ। ਹੁਣ ਇਹ ਗੱਲ ਸਾਹਮਣੇ ਆਈ ਵੀ ਇਹ ਹੁਣ ਤਰਨ ਕਿਵੇਂ, ਇਹਨਾਂ ਨੂੰ ਤਾਰਨਾ ਕਿੱਦਾਂ, ਇਹ ਇੱਕ ਥਰਮਾਮੀਟਰ ਆ ਸਾਡੇ ਕੋਲ ਬ੍ਰਹਮਕਾ ਵਿੱਚ, ਤੁਸੀਂ ਜਿਨ੍ਹਾਂ ਨੇ ਨਹੀਂ ਕੀਤਾ ਆਪਣੇ ਕੇਸੀ ਨਹਾ ਕੇ ਦੇਵ ਬਣਾ ਕੇ ਘਰ 'ਚ ਸ਼ੁਰੂ ਕਰ ਦਿਓ, ਤੁਹਾਨੂੰ ਪ੍ਰੋਬਲਮਾਂ ਨਜ਼ਰ ਆਉਣ ਲੱਗ ਜਾਣਗੀਆਂ, ਚੀਕਾਂ ਪੈਂਦੀਆਂ ਫਿਰਦੀਆਂ, ਉਹ ਨਾ ਕਰੋ, ਇਹ ਨਾ ਮਾਰੋ, ਨਾ ਭਜਾਓ, ਸਾਨੂੰ ਇੱਥੋਂ ਅੱਗ ਲੱਗਦੀ ਅਗਲੇ ਨੂੰ। ਮਰਿਆਦਾ ਵਾਲੇ ਪਾਠ ਦੀ ਹੁਣ ਜੇ ਗੱਲ ਕਰੀਏ ਤਾਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਜਦ ਬੁਰਹਾਨਪੁਰ ਹਜ਼ੂਰ ਸਾਹਿਬ ਜਾਂਦੇ ਆ, ਉੱਥੇ ਠਹਿਰੇ, ਇੱਕ ਪੁਰਾਣੀ ਬਿਲਡਿੰਗ ਸੀ, ਪੁਰਾਣਾ ਮਕਾਨ ਸੀ, ਖੰਡਰ ਜਿਹਾ, ਉਹਦੇ 'ਚ ਸਾਰਾ ਜਥਾ ਠਹਿਰ ਗਿਆ ਉਹਨਾਂ ਦਾ, ਰਾਤ ਨੂੰ ਪ੍ਰੇਤ ਆ ਗਿਆ 12 ਵਜੇ। ਭਾਈ ਰਣਧੀਰ ਸਿੰਘ ਨੇ ਆਪਦੀ ਪੁਸਤਕ 'ਚ ਲਿਖਿਆ, ਪੜ੍ਹ ਲਿਓ ਬੇਸ਼ੱਕ, ਬਾਬਾ ਮਿੱਤ ਸਿੰਘ ਜੀ ਨੇ ਇਹ ਆ ਜਿਹੜਾ ਲਿਖਿਆ, ਜਦੋਂ ਹਜ਼ੂਰ ਸਾਹਿਬ ਗਏ ਸੀ ਬਾਬਾ ਮਿੱਤ ਸਿੰਘ ਵੇਲੇ ਵੀ, ਇਹ ਇੱਧਰ ਗੰਗਾਨਗਰ ਤੋਂ ਅੱਗੇ ਜਾ ਕੇ ਬੀਕਾਨੇਰ ਵਿੱਚ ਇੱਕ ਖੰਡਰ ਦੇ ਵਿੱਚ ਪ੍ਰੇਤ ਆਇਆ ਸੀ, ਉਹਦਾ ਸੇਮ ਉੱਦਾਂ ਹੀ ਸਾਖੀ ਰਲਦੀ ਆਪਸ। ਜਦ ਭਾਈ ਸਾਹਿਬ ਕਹਿਣ ਲੱਗੇ ਅੱਛਾ ਫਿਰ ਤੇਰਾ ਅਖੰਡ ਪਾਠ ਕਰ ਦਿੰਦੇ ਹਾਂ ਜਾਂ ਇੱਥੇ ਸਾਰੇ ਸਿੰਘ ਰਲ ਕੇ, ਤੋ ਕਹਿਣ ਲੱਗੇ ਫਿਰ ਸਾਨੂੰ ਕਿਵੇਂ ਪਤਾ ਲੱਗੂ ਵੀ ਤੂੰ ਚੱਲਿਆ ਗਿਆ, ਕਹਿੰਦੇ ਉਹਦਾ ਆਲਾ ਜਿਹਾ ਬਣਿਆ, ਉਹ ਕੌਲੀ 'ਚ ਦੇਗ ਰੱਖ ਦਿਓ, ਜੇ ਮੈਂ ਦੇਗ ਛੱਕ ਲਈ ਤਾਂ ਗਿਆ,
जे नहीं देग चक्की तो नहीं गया, यह निशानी। अखंड पाठ साहब सारे ने किया मर्यादा नाल रल रुल के सब जे मर्यादा दसी केसी नहा के करना है करना। पुराने तो वैसे मैं एक सिंह नूं पुछिया सी बहुत चोटी दे सिंह नूं जिहड़े चढ़दी कला वाले बहुत, मैं कहा केसी नहाउणा तां औखा जिहा लगदा, ब्रह्म कवच करन वेले सिंह ने केसी जरूर नहाउणा। वह कहिंदे इह तां तुसीं हुणे मर्यादा खराब कीती है, केसी इशनान तां सिख पहले पातशाह तों ही लै के करदे आउंदे सी। आ कहिंदे हुणे कलयुग वरत्या तुहाडे च, ਅਤੇ ਕੇਸੀ ਨਹਾਉਣ ਤੋਂ ਹੀ ਡਰੀ ਜਾਂਦੀ ਜੀ, ਪਾਣੀ ਪਾਉਣਾ ਜੀ, ਐਂ ਕਰਨਾ, ਡਰ ਲੱਗਦਾ ਜੀ। ਪਹਿਲਾਂ ਤਾਂ ਨਹਾਉਂਦੇ ਹੀ ਕੇਸੀ ਹੁੰਦੇ ਸੀ ਰੋਜ਼। ਜਦੋਂ ਭਾਈ ਰਣਧੀਰ ਸਿੰਘ ਨੇ ਪਾਠ ਕਰਵਾਇਆ, ਭਾਈ ਉਹ ਦੇਗ ਉੱਥੇ ਹੀ ਪਈ ਆਲੇ 'ਚ, ਉਹ ਕਹਿੰਦੇ ਵੀ ਦੇਗ ਛਕੀ ਨਹੀਂ। ਉਹਨੇ ਰਾਤ ਨੂੰ 12 ਵਜੇ ਫੇਰ ਆ ਗਿਆ, ਕਹਿੰਦੇ ਤੂੰ ਆ ਗਿਆ? ਉਹ ਕਹਿੰਦਾ ਰਾਤ ਤੁਹਾਡਾ ਇੱਕ ਪਾਠੀ ਬਾਥਰੂਮ ਜਾ ਕੇ ਉਹਨੇ ਜਲ ਨਹੀਂ ਵਰਤਿਆ ਇੰਦਰੀ 'ਤੇ, ਉਹ ਤੁਪਕਾ ਜਿਹੜਾ ਸੀ ਉਹ ਕਛਹਿਰੇ ਨੂੰ ਲੱਗਿਆ ਰਹਿ ਗਿਆ, ਉਹ ਰੌਲ 'ਤੇ ਬਹਿ ਗਿਆ, ਮੇਰਾ ਫਿਰ ਉਧਾਰ ਨਹੀਂ ਹੋਇਆ। ਦੇਖੋ ਇੰਨੇ 'ਤੇ ਹੀ ਉਧਾਰ ਨਹੀਂ ਹੋਇਆ,